ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ। ਅਤੇ ਇਹ ਦਿਨ ਅੱਜ ਬਹੁਤ ਇੰਪੋਰਟੈਂਟ ਇਸ ਕਰਕੇ ਵੀ ਆ ਬਿਕੋਜ਼ ਅੱਜ ਦੇ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਸੀ। ਖਾਲਸਾ ਪੰਥ ਸਾਜਿਆ ਗੁਰੂ ਸਾਹਿਬ ਦਾ ਸਾਡੇ ਯਾਦ ਰਹਿ ਗਿਆ, ਪੰਥ ਯਾਦ ਰਹਿ ਗਿਆ। ਪੰਥ ਕਿਉਂ ਸਾਜਿਆ ਗਿਆ ਇਹ ਗੱਲ ਕਿਸੇ ਦੇ ਯਾਦ ਨਹੀਂ। ਇਹ ਇਸ ਕਰਕੇ ਗੱਲ ਜ਼ਰੂਰੀ ਆ ਇਹ ਕਰਨੀ ਕਿਉਂਕਿ ਅਸੀਂ ਭੁੱਲੇ ਫਿਰਦੇ ਹਾਂ ਵੀ ਪੰਥ ਕਿਉਂ ਸਾਜਿਆ ਗਿਆ ਸੀ। ਸਿਰਫ ਸਾਨੂੰ ਪੰਥ ਯਾਦ ਰਹਿ ਗਿਆ ਅਤੇ ਉਸ ਪੰਥ ਦੇ ਚੱਕਰ 'ਚ ਅਸੀਂ ਆਪਦੇ ਆਪ ਨੂੰ ਇੰਨਾ ਜ਼ਿਆਦਾ ਗੁੰਮਰਾਹ ਕਰਨ ਲੱਗ ਗਏ ਜਾਂ ਸਾਡੇ ਲੋਕ ਸਾਨੂੰ ਜਾਂ ਸਾਡੇ ਆਗੂ ਸਾਨੂੰ ਗੁੰਮਰਾਹ ਕਰਨ ਲੱਗ ਗਏ, ਅਸੀਂ ਭੁੱਲ ਹੀ ਗਏ ਵੀ ਖਾਲਸਾ ਪੰਥ ਵਾਜ ਕ੍ਰੀਏਟਡ ਟੂ ਸਰਵ ਦ ਹਿਊਮੈਨਿਟੀ, ਇਨਸਾਨੀਅਤ ਨੂੰ, ਇਨਸਾਨੀਅਤ ਦੀ ਰੱਖਿਆ ਲਈ, ਇਨਸਾਨੀਅਤ ਦੇ ਲਈ ਕੰਮ ਕਰਨ ਖਾਤਰ ਇਹ ਪੰਥ ਸਾਜਿਆ ਗਿਆ ਸੀ। ਪਰ ਉਹ ਗੱਲਾਂ ਕਿਸੇ ਦੇ ਯਾਦ ਨਹੀਂ, ਅਸੀਂ ਆਪਸ 'ਚ ਲੜੀ ਜਾਂਦੇ ਹਾਂ, ਅਸੀਂ ਇੱਕ ਦੂਜੇ ਦੀਆਂ ਹੀ ਲੱਤਾਂ ਖਿੱਚੀ ਜਾਂਦੇ ਹਾਂ। ਤੁਹਾਡਾ ਰਹਿਣੀ ਸਹਿਣੀ, ਤੁਹਾਡੇ ਵਿਚਾਰ, ਤੁਹਾਡੀ ਜਿਹੜੀ ਅੰਦਰ ਭਾਵਨਾ ਇਨਸਾਨੀਅਤ ਦੇ ਲਈ ਲੜਨ ਦੀ ਉਹ ਦੱਸਣੀ ਚਾਹੀਦੀ ਆ। ਤੁਸੀਂ ਤਾਂ ਜਦੋਂ ਨਿਕਲੋ, ਜਦੋਂ ਕਿਤੇ ਦਿਖੋ, ਉਦੋਂ ਲੋਕ ਨਮਸਕਾਰ ਹੀ ਕਰਦੇ ਦਿਸਣ ਅਤੇ ਇਹ ਸੋਚਣ ਅੰਦਰ ਵੀ ਅੱਜ ਕਿਸੇ ਗਰੀਬ ਦੀ ਰੱਖਿਆ ਕਰਨ ਚੱਲੇ ਹੋਣੇ ਆ ਖਾਲਸੇ, ਅੱਜ ਕਿਸੇ ਦੀ ਮਦਦ ਕਰਨ ਚੱਲੇ ਹੋਣੇ ਆ ਖਾਲਸੇ।